ਤੁਸੀਂ ਦੇਖ ਰਹੇ ਹੋ ਚੱਕਰ ਟੀਵੀ ਮੈਂ ਹਾਂ ਕਮਲਦੀਪ ਕੌਰ ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀਆਂ ਮਿਲਣ ਲੱਗ ਪਈਆਂ ਨੇ ਇਸ ਨੂੰ ਦੇਖ ਪੁਲਿਸ ਵੀ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ ਜਿੱਥੇ ਪੁਲਿਸ ਨੇ ਇਸ ਗੁੱਥੀ ਨੂੰ ਤੇਜ਼ੀ ਨਾਲ ਸੁਲਝਾਇਆ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਦਰਅਸਲ ਅੰਮ੍ਰਿਤਸਰ ਦੇ ਸਪ੍ਰਿੰਗਡੇਲ ਸਕੂਲ ਨੂੰ 16 ਸਤੰਬਰ ਨੂੰ ਬੰਬ ਨਾਲ ਉਡਾਉਣ ਵਾਲੇ ਮੈਸੇਜ ਦਾ ਕੇਸ ਅੰਮ੍ਰਿਤਸਰ ਪੁਲਿਸ ਨੇ ਮਿੰਟਾਂ 'ਚ ਹੱਲ ਕਰ ਲਿਆ ਹਾਲਾਂਕਿ ਇਸ ਵਾਰ ਪੁਲਿਸ ਪਿਛਲੀ ਵਾਰ ਵਾਂਗ ਵਰਤੀ ਗਈ ਨਰਮੀ ਦੇ ਉਲਟ ਸਖਤ ਕਾਰਵਾਈ ਕਰਦੀ ਸਾਹਮਣੇ ਆਈ ਹੈ ਇਸ ਵਾਰ ਧਮਕੀ ਭਰੇ ਮੈਸੇਜ ਬਣਾਉਣ ਤੇ ਭੇਜਣ ਵਾਲੇ ਦੋਵਾਂ ਵਿਦਿਆਰਥੀਆਂ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਸੰਬੰਧੀ ਅੰਮ੍ਰਿਤਸਰ ਥਾਣਾ ਸਦਰ 'ਚ ਜੇਰੇ ਦਫਾ 153A 505 507 IPC ਤੇ 66 FIT ਐਕਟ 2000 ਤਹਿਤ ਮਾਮਲਾ ਦਰਜ ਕੀਤਾ ਹੈ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਇਆ ਕਿ ਪੁਲਿਸ ਨੇ ਫੌਰੀ ਤੌਰ ਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਹ ਮੈਸੇਜ ਜਿਸ 'ਚ 16 ਸਤੰਬਰ ਨੂੰ ਸਪ੍ਰਿੰਗਡੇਲ ਸਕੂਲ 'ਚ ਬੰਬ ਧਮਾਕਾ ਹੋਣ ਦਾ ਜ਼ਿਕਰ ਕੀਤਾ ਸੀ ਸਕੂਲ ਦੇ 10ਵੀਂ ਜਮਾਤ ਦੇ ਦੋ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਜਿਨ੍ਹਾਂ ਦਾ ਨਾਂ ਕ੍ਰਿਸ਼ਨਵ ਮਹਾਰਾਵਾ ਮਰਵਾਹਾ ਤੇ ਇਸ਼ਮੀਤ ਸਿੰਘ ਨੇ ਤਿਆਰ ਕੀਤਾ ਸੀ ਤੇ ਇਹਨਾਂ ਦਾ ਮਕਸਦ ਸਕੂਲ 'ਚ ਚੱਲ ਰਹੀਆਂ ਪ੍ਰੀਖਿਆ ਨੂੰ ਰੱਦ ਕਰਵਾਉਣਾ ਸੀ ਕਿਉਂਕਿ ਉਸ ਦਿਨ ਯਾਨੀ ਕਿ 16 ਸਤੰਬਰ ਨੂੰ ਛੁੱਟੀ ਕਰਵਾਉਣਾ ਸੀ ਉਸ ਦਿਨ ਗਣਿਤ ਦੀ ਪ੍ਰੀਖਿਆ ਸੀ ਯਾਨੀ ਮੈਥ ਦਾ ਪੇਪਰ ਸੀ ਤੁਹਾਨੂੰ ਦੱਸ ਦਈਏ ਕਿ DCP ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸੰਬੰਧੀ ਦੋਵਾਂ ਵਿਦਿਆਰਥੀਆਂ ਦੇ ਪਿਤਾ ਰੋਹਿਤ ਮਰਵਾਹਾ ਵਾਸੀ ਸੂਰਜ ਇਨਕਲੇਵ ਤੇ ਦਵਿੰਦਰ ਸਿੰਘ ਵਾਸੀ ਬਸੰਤ ਐਵੇਨਿਊ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਜਿੰਨਾ ਸਿਮਾਂ ਰਾਹੀਂ ਇਹ ਮੈਸੇਜ ਫੈਲਾਇਆ ਗਿਆ ਉਹ ਸਿਮਾਂ ਵਿਦਿਆਰਥੀਆਂ ਦੇ ਪਿਤਾ ਦੇ ਨਾਂ 'ਤੇ ਸਨ ਉਹਨਾਂ ਦੇ ਨਾਂ 'ਤੇ ਰਜਿਸਟਰਡ ਸਨ ਤਾਂ ਵਿਦਿਆਰਥੀਆਂ ਨੂੰ ਤਾਂ ਨਹੀਂ ਕੁਛ ਕਿਹਾ ਗਿਆ ਜਿਨ੍ਹਾਂ ਨੇ ਮੈਸੇਜ ਬਣਾਇਆ ਅਤੇ ਜਿਨ੍ਹਾਂ ਨੇ ਫੈਲਾਇਆ ਪਰ ਉਹਨਾਂ ਦੇ ਪਿਤਾ ਨੂੰ ਜ਼ਰੂਰ ਗ੍ਰਿਫਤਾਰ ਕਰ ਲਿਆ ਗਿਆ ਇਹ ਅੱਜ ਸਾਨੂੰ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਸਪ੍ਰਿੰਗਡੇਲ ਸਕੂਲ ਨੂੰ ਜਿਹੜਾ 16 ਤਰੀਕ ਨੂੰ ਹੈ ਉੱਥੇ C4 'ਤੇ ਬੰਬ ਲਗਾ ਕੇ ਜਿਹੜਾ ਉਡਾਇਆ ਜਾਏਗਾ ਔਰ ਇਹਨੂੰ ਬੜਾ ਸੀਰੀਅਸਲੀ ਲੈਂਦੇ ਹੋਏ ਮਾਨਯੋਗ ਕਮਿਸ਼ਨਰ ਸਾਹਿਬ ਨੇ ਜਿਹੜੀ ਮੇਰੀ ਡਿਊਟੀ ਲਈ ਜੋ ਸਾਡੇ ਮੇਰੇ ਅੰਡਰ ACP ਨੌਰਥ ਔਰ ਸਾਈਬਰ ਸੈੱਲ ਨੇ ਬੜੀ ਜਲਦੀ ਜਿਹੜਾ ਇਹ ਕੇਸ ਨੂੰ ਅਸੀਂ ਕ੍ਰੈਕ ਕੀਤਾ ਔਰ ਇਹਦੇ ਵਿੱਚ ਸਾਨੂੰ ਇਹ ਪਤਾ ਲੱਗਾ ਵੀ 16 ਤਰੀਕ ਨੂੰ ਉੱਥੇ ਮੈਥ ਦਾ ਇਗਜ਼ਾਮ ਸੀਗਾ ਔਰ ਉਹਨੂੰ ਕੈਂਸਲ ਕਰਵਾਉਣ ਲਈ ਬੱਚਿਆਂ ਨੇ ਜਿਹੜਾ ਇਹ ਸਾਰਾ ਡਰਾਮਾ ਕੀਤਾ ਸੀਗਾ ਪਰ ਇਨਫੋਰਮੇਸ਼ਨ ਦੇ ਆਧਾਰ 'ਤੇ ਜਿਹੜਾ ਇਹ ਕੇਸ ਰਜਿਸਟਰ ਕਰ ਲਿਆ ਗਿਆ ਕੇਸ ਰਜਿਸਟਰ ਕੀਤਾ ਗਿਆ ਅੰਡਰ ਸੈਕਸ਼ਨ 153A 505 507 IPC ਔਰ 66 FIT ਐਕਟ ਦੇ ਤਹਿਤ ਜਿਹੜਾ ਕੇਸ ਅਸੀਂ ਥਾਣਾ ਸਦਰ 'ਚ 262 ਨੰਬਰ ਰਜਿਸਟਰ ਕੀਤਾ ਜਿਹਦੇ ਵਿੱਚ ਦੋ ਬੰਦਿਆਂ ਨੂੰ ਜਿਨ੍ਹਾਂ ਦੇ ਨਾਮ 'ਤੇ ਸਿਮ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਇੱਕ ਦੀ ਤਾਂ ਗ੍ਰਿਫਤਾਰੀ ਪਾਤੀ ਹੈ ਦੂਸਰੇ ਦੀ ਅਜੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਅਗਰ ਉਸਦਾ ਵੀ ਵਿੱਚ ਰੋਲ ਆਇਆ ਤਾਂ ਅਸੀਂ ਜ਼ਰੂਰ ਜਿਹੜਾ ਉਹਦੀ ਅਰੈਸਟ ਪਾਵਾਂਗੇ ਸਰ ਜਾਣਬੁੱਝ ਕੇ ਕੀਤਾ ਜਾਂ ਕੋਈ ਪੇਪਰ ਪੁੱਪਰ ਨੂੰ ਲੈ ਕੇ ਇਹ ਚੀਜ਼ ਕੀਤੀ ਗਈ ਇਹ ਪੇਪਰ ਨੂੰ ਜਿਹੜਾ ਪੋਸਟਪੋਨ ਕਰਾਉਣ ਲਈ ਇਹ ਬੱਚਿਆਂ ਨੇ ਜਿਹੜਾ ਸਾਰਾ ਇਹ ਡਰਾਮਾ ਕੀਤਾ ਅਜੇ ਤੱਕ ਦੀ ਤਫਤੀਸ਼ ਜੋ ਇਹ ਗੱਲ ਹੈ ਪਿਛਲੇ ਦਿਨ ਵੀ ਇੱਕ DAV ਸਕੂਲ ਦੇ ਵਿੱਚ ਕਿ ਬੱਚਿਆਂ ਦੀ ਸ਼ਰਾਰਤ ਦਾ ਕਿ ਸਕੂਲ ਨੂੰ ਲੈ ਕੇ ਪਰ ਲੱਗਦਾ ਕਿ ਇਦਾਂ ਸਰ ਜਿਹੜੇ ਮੈਸੇਜ ਸੋਸ਼ਲ ਮੀਡੀਆ ਦੇ ਵਿੱਚ ਅਵੇਅਰ ਹੁੰਦੇ ਨੇ ਤਾਂ ਲੋਕਾਂ ਦੇ ਵਿੱਚ ਕੀ ਮੈਸੇਜ ਆਉਂਦਾ ਸਰ ਐਕਚੁਅਲੀ ਪਿੱਛੇ ਅੱਜ ਵੀ ਪ੍ਰਿੰਸੀਪਲ ਮੈਡਮ ਨਾਲ ਗੱਲ ਹੋਈ ਸੀਗੀ ਜਿਹੜੇ DAV ਸਕੂਲ ਦੇ ਪ੍ਰਿੰਸੀਪਲ ਮੈਡਮ ਸੇਠੀ ਸੀਗੇ ਉਹਨਾਂ ਨੇ ਕਿਹਾ ਵੀ ਜਿਹੜੇ 4 ਬੱਚੇ ਪਹਿਲਾਂ ਜਿਨ੍ਹਾਂ ਨੇ ਸ਼ਰਾਰਤ ਕੀਤੀ ਸੀ ਉਹਨਾਂ ਨੂੰ ਰੈਸਟੀਗੇਟ ਕਰਤਾ ਗਿਆ ਸੋ ਅੱਜ ਜਿਹੜਾ ਇਹ ਬੱਚਿਆਂ ਨੇ ਇਹ ਕੰਮ ਕੀਤਾ ਉਹਦੇ ਵਿੱਚ ਜਿਹੜੇ ਉਹਨਾਂ ਦੇ ਇੱਕ ਦਾ ਫਾਦਰ ਹੈ ਉਹਨਾਂ ਦੇ ਉੱਤੇ ਅਸੀਂ ਕੇਸ ਰਜਿਸਟਰ ਕਰ ਲਿਆ ਅੱਗੇ ਤੋਂ ਜਿਹੜਾ ਕੋਈ ਇਸ ਤਰ੍ਹਾਂ ਦੀ ਗੱਲ ਹੋਏਗੀ ਉਹਨੂੰ ਸਖਤੀ ਨਾਲ ਨਜਿੱਠਿਆ ਜਾਏਗਾ ਔਰ ਬਿਲਕੁਲ ਇੱਦਾਂ ਦੀ ਚੀਜ਼ ਜਿਹੜੀ ਅਲਾਊਡ ਨਹੀਂ ਕੀਤੀ ਜਾਏਗੀ ਬੱਚੇ ਜਿਹੜੇ ਸਕੂਲ ਦੇ ਵਿੱਚ ਆਉਂਦੇ ਉਹ ਪੜ੍ਹਾਈ ਲਈ ਆਉਂਦੇ ਕੋਈ ਸਿੱਖਣ ਲਈ ਆਉਂਦੇ ਨੇ ਲੋਕਾਂ ਨੂੰ ਡਰਾਉਣ ਲਈ ਜਾਂ ਇਸ ਤਰ੍ਹਾਂ ਦਾ ਕੋਈ ਮੈਸੇਜ ਦੇਣਗੇ ਉਹਦੇ ਅਗੇਂਸਟ ਜਿਹੜੀ ਹੈ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਫੈਮਿਲੀ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਅਸੀਂ ਸਾਰੇ ਪੇਰੈਂਟਸ ਨੂੰ ਅਪੀਲ ਕਰਾਂਗਾ ਮੈਂ ਵੀ ਆਪਣੇ ਬੱਚਿਆਂ ਨੂੰ ਜੇ ਤੁਸੀਂ ਸਮਾਰਟਫੋਨ ਦਿੰਦੇ ਹੋ ਤਾਂ ਉਹਨਾਂ ਦੇ ਉੱਤੇ ਨਿਗਰਾਨੀ ਰੱਖਣਾ ਵੀ ਤੁਹਾਡਾ ਕੰਮ ਹੈ ਬੱਚਿਆਂ ਨੂੰ ਲੌਕ ਨਾ ਲਾਉਣ ਦਿਓ ਪਹਿਲੀ ਗੱਲ ਤਾਂ ਸਮਾਰਟਫੋਨ ਦੇਣ ਦੀ ਜ਼ਰੂਰਤ ਹੀ ਨਹੀਂ ਹੈ ਅਗਰ ਦਿੰਦੇ ਹੋ ਤਾਂ ਉਹਨੂੰ ਲੌਕ ਨਾ ਲਗਾਓ ਉਹਨੂੰ ਚੈੱਕ ਕਰਦੇ ਰਹੋ ਹਰ ਬੱਚੇ ਦੇ ਅਸੀਂ ਜਿਹੜੇ ਬੱਚੇ ਆ ਹੁਣ ਇਸ ਕੇਸਾਂ ਦੇ ਵਿੱਚ ਬੁਲਾਏ ਨੇ ਹਰ ਬੱਚੇ ਦੇ 4-4, 5-5 ਇੰਸਟਾ ਜਾਲੀ ਅਕਾਊਂਟ ਬਣਾਏ ਹੋਏ ਨੇ ਜੋ ਕਿ ਇਹ ਸਾਰੀ ਜ਼ਿੰਮੇਵਾਰੀ ਪੇਰੈਂਟਸ ਦੀ ਚੈੱਕ ਕਰਨੀ ਬਣਦੀ ਹੈ ਔਰ ਸਕੂਲ ਦੇ ਵਿੱਚ ਵੀ ਅਸੀਂ ਰਿਕੁਐਸਟ ਕੀਤੀ ਹੈ ਪ੍ਰਿੰਸੀਪਲ ਸਾਹਿਬ ਨੂੰ ਵੀ ਅਗਰ ਪੇਰੈਂਟਸ ਟੀਚਰ ਮੀਟਿੰਗਸ ਦੇ ਵਿੱਚ ਸਾਡੀ ਕੋਈ ਸਾਈਬਰ ਦੀ ਜਾਂ ਕਿਸੇ ਚੀਜ਼ ਦੀ ਵੀ ਕਿਸੇ ਦੀ ਟ੍ਰੈਫਿਕ ਦੇ ਰਿਗਾਰਡਿੰਗ ਵੀ ਕੋਈ ਜ਼ਰੂਰਤ ਹੈ ਤਾਂ ਅਸੀਂ 24 ਘੰਟੇ ਅਵੇਲੇਬਲ ਆ ਸਾਨੂੰ ਕਾਲ ਕਰੋ ਅਸੀਂ ਆ ਕੇ ਲੈਕਚਰ ਦੇਣ ਲਈ ਇਸ 'ਤੇ ਤਿਆਰ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ DAV ਪਬਲਿਕ ਸਕੂਲ ਦੇ ਮਾਮਲੇ 'ਚ ਜਿਨ੍ਹਾਂ ਵਿਦਿਆਰਥੀਆਂ ਨੇ ਧਮਕੀ ਭਰਿਆ ਮੈਸੇਜ ਫੈਲਾਇਆ ਸੀ ਪੁਲਿਸ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਤੇ ਤੋਂ ਗੁਰੇਜ਼ ਕੀਤਾ ਸੀ ਤਾਂ ਕਿ ਬੱਚਿਆਂ ਦਾ ਇਸ ਸ਼ਰਾਰਤ ਨਾਲ ਭਵਿੱਖ ਖਰਾਬ ਨਾ ਹੋਵੇ ਪਰ ਦੂਜੀ ਘਟਨਾ ਵਾਪਰਦੇ ਹੀ ਪੁਲਿਸ ਨੇ ਸਖਤ ਰੂਪ 'ਚ ਵਿਦਿਆਰਥੀਆਂ ਦੇ ਦੋਵੇਂ ਵਿਦਿਆਰਥੀਆਂ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਸਖਤ ਆਪਣਾ ਰਵੱਈਆ ਦਿਖਾਇਆ ਇਸ ਵਾਰ ਜਦ ਇਸ ਵਾਰ ਫਿਰ ਅਜਿਹਾ ਰਾਤੋ ਰਾਤ ਮੈਸੇਜ ਵਾਇਰਲ ਹੋਇਆ ਸਪ੍ਰਿੰਗਡੇਲ ਸਕੂਲ ਦਾ ਅਤੇ DAV ਵਾਲੀ ਘਟਨਾ ਦੇ ਵਿੱਚ
पुलिस ने कोई सख्त रुख नहीं दिखाया तो इस बार सख्त रुख दिखाते हुए विद्यार्थियों के दोवें पिता गिरफ्तार कर लिया गया। होर इस तरह की अपडेट ही बने रहो चक्क टीवी के।